ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ, ਕਰੰਟ ਇਸ਼ੂ ਲਈ ਚੱਲਦੇ ਹਾਂ ਨਾਭੇ ਦੀ ਮੈਕਸੀਮਮ ਸਿਕਿਉਰਿਟੀ ਵਾਲੀ ਜੇਲ੍ਹ ਵਿੱਚ, ਜਿੱਥੋਂ ਕਿ ਬਹੁਤ ਹੀ ਖੂਬਸੂਰਤ ਖਬਰ ਆ ਰਹੀ ਹੈ ਕਿ ਇੱਕ ਗੈਂਗਸਟਰ ਦੀ ਨਾਭੇ ਦੀ ਮੈਕਸੀਮਮ ਸਿਕਿਉਰਿਟੀ ਦੇ ਵਿੱਚ ਜਿਹੜੀ ਜੇਲ੍ਹ ਹੈ ਉਸ ਦੇ ਵਿੱਚ ਸ਼ਾਦੀ ਹੋਈ ਹੈ। ਲੇਕਿਨ ਵੱਡੀ ਗੱਲ ਇਹ ਹੈ ਦੋਸਤੋ ਕਿ ਇਸ ਸ਼ਾਦੀ ਦੀ ਜਿਹੜੀ ਬਰਾਤ ਮਤਲਬ ਹੈ, ਉਹ ਬਰਾਤ ਲੈ ਕੇ ਮਨਦੀਪ ਸਿੰਘ ਨਹੀਂ ਗਿਆ, ਬਲਕਿ ਉਸਦੀ ਲਾੜੀ ਜਿਹੜੀ ਉਸਦੀ ਵਾਈਫ ਹੈ, ਉਸਦੀ ਪਤਨੀ ਹੈ, ਉਹ ਆਪਣੇ ਮਾਤਾ ਪਿਤਾ ਨਾਲ ਇਸ ਜੇਲ੍ਹ ਦੇ ਵਿੱਚ ਪਹੁੰਚੀ ਹੈ। ਕਿਸ ਤਰ੍ਹਾਂ ਦਾ ਬਣਿਆ ਸੀ ਮਾਹੌਲ ਔਰ ਕੀ ਹੈ ਪੂਰੀ ਖਬਰ, ਚੱਲਦੇ ਹਾਂ ਜੀ ਨਾਭੇ, ਜਿੱਥੋਂ ਮੇਰੇ ਨਾਲ ਭੁਪਿੰਦਰ ਸਿੰਘ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਭੁਪਿੰਦਰ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਮਨਦੀਪ ਸਿੰਘ ਗੈਂਗਸਟਰ ਆ, ਇਹ ਦੋਹਰੇ ਕਤਲਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਜੀ, ਤੇ ਇਸ ਵਿੱਚ ਦੋਹਰੇ ਕਤਲਕਾਂਡ ਵਿੱਚ ਇਸ ਨੇ ਜਿਹੜਾ ਹੈਗਾ ਸਰਪੰਚ ਅਤੇ ਉਸਦੇ ਗਨਮੈਨ ਦਾ ਕਤਲ ਕੀਤਾ ਸੀ ਮੋਗਾ ਵਿਖੇ ਜੀ। ਉਸ ਤੋਂ ਬਾਅਦ ਇਹ ਜੇਲ੍ਹ ਵਿੱਚ ਬੰਦ ਸੀ, ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਿਹੜਾ ਗੈਂਗਸਟਰ ਆ ਇਸਨੇ ਜਿਹੜਾ ਹੈ ਕੋਰਟ ਵਿੱਚ ਗੁਹਾਰ ਲਾਈ ਸੀ ਪੰਜਾਬ ਐਂਡ ਹਰਿਆਣਾ ਕੋਰਟ ਵਿੱਚ ਵੀ ਮੇਰੀ ਜਿਹੜਾ ਹੈਗਾ ਵਿਆਹ ਕੀਤਾ ਜਾਵੇ। ਕੋਰਟ ਨੇ ਸਭ ਕੁਛ ਪਹਿਲੂ ਦੇਖ ਕੇ ਬਾਹਰ ਜਿਹੜੀ ਇਜਾਜ਼ਤ ਨਹੀਂ ਦਿੱਤੀ ਤੇ ਜੇਲ੍ਹ ਵਿੱਚ ਹੀ ਵਿਆਹ ਕਰਾਉਣ ਦੀ ਜਿਹੜੀ ਹੈਗਾ ਸਾਰੀ ਰਾਜ ਫੈਸਲਾ ਦਿੱਤਾ। ਇਸ ਤੋਂ ਬਾਅਦ ਹੀ ਜਿਹੜਾ 30 ਅਕਤੂਬਰ ਦਾ ਅੱਜ ਦੀ ਡੇਟ ਰੱਖੀ ਗਈ ਸੀ, ਅੱਜ ਸਵੇਰੇ 9:15 ਜਿਹੜਾ ਹੈਗਾ ਉਸਦੀ ਪਤਨੀ ਵਿਆਹ ਕਰਾਉਣ ਲਈ ਮੌਕੇ ਤੇ ਪਹੁੰਚਿਆ। ਉਸਦੇ ਨਾਲ ਉਸਦੇ ਮਾਤਾ ਪਿਤਾ ਅਤੇ ਗੈਂਗਸਟਰ ਮਨਦੀਪ ਦੇ ਵੀ ਮਾਤਾ ਪਿਤਾ ਉੱਥੇ ਮੌਜੂਦ ਨੇ, ਤੇ ਕੋਰਟ ਨੇ ਸਿਰਫ 6 ਘੰਟੇ ਦਾ ਸਮਾਂ ਦਿੱਤਾ ਗਾ। 6 ਘੰਟਿਆਂ ਵਿੱਚ ਇਹ ਸਾਰੀ ਜਿਹੜੀ ਹੈਗੀ ਆ ਪ੍ਰਕਿਰਿਆ ਪੂਰੀ ਕਰਨੀ ਪਵੇਗੀ, ਅਤੇ ਜੇ ਪੁਖਤਾ ਇੰਤਜ਼ਾਮ ਵੀ ਕੀਤੀ ਜਾਵੇ ਤਾਂ ਉੱਥੇ ਮੌਕੇ ਤੇ 2 DSP ਰੈਂਕ ਦੇ ਅਧਿਕਾਰੀ ਅਤੇ ਆਲਾ ਪੁਲਿਸ ਦੇ ਤਕਰੀਬਨ 30-35 ਅਧਿਕਾਰੀ ਉੱਥੇ ਮੌਜੂਦ ਨੇ ਵੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਵਾਪਰੇ। ਅਤੇ ਇਹ ਜੇਲ੍ਹ ਵਿੱਚ ਪਹਿਲੀ ਵਾਰੀ ਹੋਇਆ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਜਿਹੜਾ ਹੈਗਾ ਲਾੜੀ ਜਿਹੜਾ ਹੈਗੇ ਆ ਜੇਲ੍ਹ ਵਿੱਚ ਵਿਆਹ ਕਰਾਉਣ ਲਈ ਆਈ ਆ ਜੀ। ਲੇਕਿਨ ਮਾਹੌਲ ਕਿਸ ਤਰ੍ਹਾਂ ਦਾ ਸੀ ਭੁਪਿੰਦਰ ਜੀ ਇੱਥੇ? ਮਾਹੌਲ ਜਿਹੜੀ ਇਹ ਸ਼ਾਦੀ ਬਿਲਕੁਲ ਸਿੰਪਲ ਤਰੀਕੇ ਨਾਲ ਹੋਈ ਆ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਮਾਹੌਲ ਆ ਜੇਲ੍ਹ ਵਿੱਚ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਹੋਊਗਾ ਕੈਦੀਆਂ ਨੂੰ ਜਾਂ ਇਸ ਤਰ੍ਹਾਂ ਦੇ ਜੇਲ੍ਹ ਸਟਾਫ ਨੂੰ ਵੱਲੋਂ ਦੇਖਣ ਨੂੰ ਮਿਲਿਆ ਹੋਏਗਾ ਜੀ। ਲੇਕਿਨ ਮਤਲਬ ਪਰਮਿਸ਼ਨ ਜਿਹੜੀ 6 ਘੰਟੇ ਦੀ ਦਿੱਤੀ ਗਈ ਹੈ, ਤੇ ਉਸ ਤੋਂ ਬਾਅਦ ਕੋਈ ਪਰਮਿਸ਼ਨ ਦੀ ਮਤਲਬ ਕੋਈ ਗੱਲਬਾਤ ਹੋਈ ਹੈ ਬਈ ਇਹ ਮਤਲਬ ਇਸ ਨੂੰ ਵਧਾਇਆ ਜਾ ਸਕਦਾ ਹੈ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਤੋਂ ਬਾਅਦ? ਨਹੀਂ, ਹਾਈ ਕੋਰਟ ਨੇ ਸਿਰਫ 6 ਘੰਟੇ ਦੀ ਜਿਹੜੇ ਹੈਗੇ ਇਜਾਜ਼ਤ ਦਿੱਤੀ ਆ। ਇਸ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਜੇਲ੍ਹ ਜਿਹੜੇ ਅਧਿਕਾਰੀ ਨੇ ਜਾਂ ਉਹਨਾਂ ਨੂੰ ਕੋਈ ਲਿਖਤੀ ਜਿਹੜਾ ਗੈਂਗਸਟਰ ਵੱਲੋਂ ਦਿੱਤਾ ਜਾਂਦਾ ਬਾਹਰ ਆਉਣ ਲਈ ਜਾਂ ਆਪਦੇ ਪਤਨੀ ਨੂੰ ਮਿਲਣ ਲਈ, ਇਹ ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਅਜੇ 6 ਘੰਟੇ ਦੀ ਬਿਲਕੁਲ ਮਾਹੌਲ ਤੋਂ ਦਿੱਤੀ ਗਈ ਆ। ਭੁਪਿੰਦਰ ਜੀ, ਜਿਹੜੀ ਲੜਕੀ ਹੈ ਕਿੱਥੋਂ ਦੀ ਰਹਿਣ ਵਾਲੀ ਹੈ? ਪਰਿਵਾਰ ਪੂਰਾ ਲੜਕੀ ਵੱਲੋਂ ਜੇ ਗੱਲ ਕਰੀਏ, ਲੜਕੀ ਦੇ ਪਰਿਵਾਰਕ ਮੈਂਬਰਾਂ ਦੀ, ਕਿੱਥੋਂ? ਪੰਜਾਬ ਦੇ ਹੀ ਕਿਸੇ ਹਿੱਸੇ ਦੇ ਹੈ? ਇਹ ਜਿਹੜੀ ਲੜਕੀ ਆ ਇਹ ਬੀਜਾ ਮੋਗਾ ਦੀ ਰਹਿਣ ਵਾਲੀ ਆ, ਬੀਜਾ ਦੇ ਖੰਨਾ ਪਿੰਡ ਦੇ ਖੰਨਾ ਸ਼ਹਿਰ ਦੇ ਬੀਜਾ ਦੀ ਰਹਿਣ ਵਾਲੀ ਆ। ਤੇ ਇਸ ਵਿੱਚ ਸਿਰਫ 1 ਗੱਡੀ ਵਿੱਚ ਹੀ ਸਾਰੀ ਪਰਿਵਾਰ ਆਇਆ, ਲੜਕੇ ਵੱਲੋਂ ਤੇ ਲੜਕੀ ਵੱਲੋਂ ਸਿਰਫ ਕਰੀਬ ਲਾ ਲਓ ਵੀ 7 ਦੇ ਕਰੀਬ ਮੈਂਬਰ ਇੱਥੇ ਪਹੁੰਚੇ ਨੇ ਜੇਲ੍ਹ ਵਿੱਚ ਜੀ। ਭੁਪਿੰਦਰ ਜੀ, ਇਸ ਸੰਬੰਧ ਵਿੱਚ ਕਿਸੇ ਨਾਲ ਗੱਲਬਾਤ ਕੀਤੀ? DSP ਵਰਿੰਦਰਜੀਤ ਸਿੰਘ ਨੇ ਕਿਹਾ ਵੀ ਜਿਹੜਾ ਹੈਗਾ ਸ਼ਾਦੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪੁਖਤਾ ਇੰਤਜ਼ਾਮ ਕੀਤੇ ਨੇ, ਤੇ ਅਸੀਂ ਜਿਹੜਾ ਲਾ ਐਂਡ ਆਰਡਰ ਵਾਸਤੇ ਜਿਹੜੀ ਹੈਗੀ ਪੂਰੀ ਫੋਰਸ ਇੱਥੇ ਤੈਨਾਤ ਕੀਤੀ ਆ ਜੀ। ਸੋ ਬਹੁਤ ਬਹੁਤ ਮਿਹਰਬਾਨੀ ਭੁਪਿੰਦਰ ਜੀ, ਤੁਸੀਂ ਸਾਨੂੰ ਅਪਡੇਟ ਦਿੱਤੀ ਆ। ਦੋਸਤੋ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਨਾਭੇ ਦੀ ਮੈਕਸੀਮਮ ਸਿਕਿਉਰਿਟੀ ਤੋਂ
ਜੇਲ੍ਹ ਦੀ ਇਹ ਖਬਰ ਹੈ ਜਿੱਥੇ ਕਿ ਇੱਕ ਦੋਹਰੇ ਮਤਲਬ ਕਤਲਕਾਂਡ ਦੀ ਜਿਹੜੀ ਸਜ਼ਾ ਹੈ ਉਹ ਭੁਗਤ ਰਿਹਾ ਸੀ ਮਨਦੀਪ ਸਿੰਘ, ਉਸ ਦੀ ਅੱਜ ਸ਼ਾਦੀ ਹੋਈ ਹੈ ਔਰ ਮਾਨਯੋਗ ਹਾਈਕੋਰਟ ਵੱਲੋਂ 6 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਕਿ 6 ਘੰਟੇ ਦੇ ਵਿੱਚ ਹੀ ਤੁਸੀਂ ਇਸ ਸਾਰੀ ਸ਼ਾਦੀ ਨੂੰ ਵਾਈਂਡ ਅਪ ਕਰਨਾ ਹੈ। ਇਸ ਸੰਬੰਧ ਵਿੱਚ ਜੋ ਮਾਹੌਲ ਹੈ ਉਹ ਵੀ ਦਿਖਾਉਣਾ ਅਤੇ ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ ਪੁਲਿਸ ਆਫਿਸਰ ਦੇ ਨਾਲ ਉਹ ਵੀ ਤੁਸੀਂ ਸੁਣ ਸਕਦੇ ਹੋ। ਸਿੰਘ ਹੈ ਜਿਹੜੇ ਕਿ ਮੈਕਸੀਮਮ ਸਿਕਿਉਰਿਟੀ ਜੇਲ੍ਹ ਨਾਭਾ ਦੇ ਵਿੱਚ ਹੈ, ਉਹਨਾਂ ਦੀ ਮੈਰਿਜ ਹੋ ਰਹੀ ਹੈ ਅਤੇ ਜਿਹਦੇ ਰਿਲੇਟਡ ਡਿਸਟ੍ਰਿਕਟ ਪੁਲਿਸ ਵੱਲੋਂ ਜਿਹੜੇ ਹੈਗੇ ਆ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਅਤੇ ਸਾਡੇ ਕੋਲ ਕਰੀਬ 25-30 ਦੇ ਨੇੜੇ ਜਿਹੜੇ ਅਸੀਂ ਮੁਲਾਜ਼ਮ ਹੈ ਉਹ ਅਸੀਂ ਇੱਥੇ ਸਿਕਿਉਰਿਟੀ ਦੇ ਤੌਰ 'ਤੇ ਲਾਏ ਹੋਏ। ਕਿੰਨੀ ਕੁ ਗਾਰਡ ਜਿਹੜੀ ਆ ਹੋਰ ਵੀ ਡਿਊਟੀ ਦੇ ਤਣਾਅ ਕੀਤੀ ਹੋਈ? ਸਬ ਡਿਵੀਜ਼ਨ ਨਾਭਾ ਦੀ ਔਰ ਡਿਸਟ੍ਰਿਕਟ ਹੈੱਡਕੁਆਟਰ ਤੋਂ ਸਾਨੂੰ ਜਿਹੜੀ ਹੈਗੀ ਉਹ ਸਿਕਿਉਰਿਟੀ ਦੇ ਤੌਰ 'ਤੇ ਅਸੀਂ ਮੁਲਾਜ਼ਮ ਲਏ। ਹਾਈਕੋਰਟ ਵੱਲੋਂ ਕਿੰਨੀ ਪਰਮਿਸ਼ਨ ਦਿੱਤੀ ਗਈ ਹੈ, ਕਿੰਨੇ ਟਾਈਮ ਦੀ ਜਿਹੜਾ ਅੰਦਰ? ਇਹ ਜੇਲ੍ਹ ਅਧਿਕਾਰੀ ਤੁਹਾਨੂੰ ਜ਼ਿਆਦਾ ਦੱਸ ਸਕਦੇ। ਤੁਹਾਡੀ ਕੀ ਡਿਊਟੀ ਆ ਲਾਅ ਐਂਡ ਆਰਡਰ? ਸਾਡਾ ਤਾਂ ਜੀ ਮੇਨ ਕੰਮ ਹੈਗਾ ਸੁਰੱਖਿਆ ਦਾ, ਕਿ ਜੇਲ੍ਹ ਦੀ ਸੁਰੱਖਿਆ, ਆਊਟਰ ਜਿਹੜਾ ਏਰੀਆ ਉਹਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਸਾਨੂੰ ਹਦਾਇਤ ਆ ਜੀ। ਗੈਂਗਸਟਰ 'ਤੇ ਕਿੰਨੇ ਕੁ ਅਪਰਾਧ ਨੇ, ਕੀ ਕੁਛ? ਇਹ ਜੇਲ੍ਹ ਅਧਿਕਾਰੀ ਉਸ ਬਾਰੇ ਤੁਹਾਨੂੰ ਜ਼ਿਆਦਾ ਬਰੀਫਿੰਗ ਕਰ ਸਕਦੇ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।